ਪੀਰਾਂ ਫਕੀਰਾਂ ਨੂੰ ਮੰਡਾਉਣੇ ਸਭ ਰੂਹਾਂ ਨੂੰ ਅਸਲਾਮ ਅਲੈਕਮ ਜੀ। ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ, ਇੱਕ ਵਾਰ ਫਿਰ ਹਾਜ਼ਰ ਹਾਂ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ। ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਦੇ ਨਾਲ ਗੱਲ ਸਾਂਝੀ ਕਰਾਂਗਾ ਕਿ ਇੱਕ ਚਾਰ ਚੀਜ਼ਾਂ ਐਸੀਆਂ ਨੇ, ਅਗਰ ਅਸੀਂ ਇਹਨਾਂ ਚਾਰ ਚੀਜ਼ਾਂ ਦੇ ਉੱਪਰ ਪਕੜ ਪਾ ਲਈ, ਇਹਨਾਂ ਚਾਰ ਚੀਜ਼ਾਂ ਨੂੰ ਆਪਣੇ ਮਨ ਵਿੱਚ ਕਾਬੂ ਕਰਕੇ ਰੱਖ ਲਿਆ, ਅਤੇ ਸਾਡੀ ਕੀਤੀ ਹੋਈ ਬੰਦਗੀ, ਸਾਡਾ ਕੀਤਾ ਹੋਇਆ ਵਜ਼ੀਫਾ, ਜ਼ਿਕਰ ਕਬੂਲ ਹੋਣ ਲੱਗ ਪੈਂਦਾ। ਕਿਹੜੀਆਂ ਚਾਰ ਚੀਜ਼ਾਂ ਨੇ ਉਹਨਾਂ ਦੇ ਬਾਰੇ ਅੱਜ ਦੇ ਇਸ ਪੈਗਾਮ ਵਿੱਚ ਆਪ ਦੇ ਨਾਲ ਗੱਲ ਸਾਂਝੀ ਕਰਾਂਗਾ। ਅਗਰ ਆਪ ਜ਼ਿਕਰ ਕਰਦੇ ਹੋ ਪੀਰਾਂ ਫਕੀਰਾਂ ਦੇ ਨਾਲ ਨਿਸਬਤ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਜ਼ਿਕਰ ਵਜ਼ੀਫਾ ਕਰਦੇ ਹੋ, ਤਾਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ। ਅਗਰ ਚੰਗਾ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ, ਕਿਉਂਕਿ ਅਸੀਂ ਹਰ ਰੋਜ਼ ਪੀਰਾਂ ਫਕੀਰਾਂ ਦੇ ਨਾਲ ਸੰਬੰਧਿਤ ਕੁਝ ਨਾ ਕੁਝ ਆਪ ਦੇ ਨਾਲ ਸਾਂਝਾ ਕਰਦੇ ਰਹਿੰਦੇ ਹਾਂ। ਤੋ ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਂ 'ਤੇ ਜੋ ਹਰ ਇੱਕ 'ਤੇ ਮਿਹਰਬਾਨ ਔਰ ਨਿਗਹਿਬਾਨ ਹੈ। ਕਿਹੜੀਆਂ ਚਾਰ ਚੀਜ਼ਾਂ ਨੇ ਜਿਨ੍ਹਾਂ ਨੂੰ ਸਾਨੂੰ ਸੰਭਾਲ ਕੇ ਰੱਖਣਾ ਚਾਹੀਦਾ? ਨੰਬਰ 1 'ਤੇ ਗੱਲ ਕਰਾਂਗੇ ਆਪਾਂ ਕਿ ਜਦੋਂ ਪਾਠ ਕਰੀਏ, ਕੋਈ ਵੀ ਜ਼ਿਕਰ ਕਰਦੇ ਹਾਂ, ਬੰਦਗੀ ਕਰਦੇ ਹਾਂ, ਰੱਬ ਰੱਬ ਕਰਦੇ ਹਾਂ, 10 ਮਿੰਟ ਬੈਠ ਕੇ ਪਾਠ ਕਰਦੇ ਸਮੇਂ ਆਪਣੇ ਦਿਲ ਨੂੰ ਸੰਭਾਲ ਕੇ ਰੱਖਣਾ ਪੈਂਦਾ, ਤਾਂ ਜੋ ਆਪਣੇ ਦਿਲ ਦੇ ਵਿੱਚ ਆਪਣੇ ਮੁਰਸ਼ਦ ਪੀਰੋ ਮੁਰਸ਼ਦ ਤੋਂ ਬਿਨਾਂ ਹੋਰ ਕਿਸੇ ਦਾ ਖਿਆਲ ਨਾ ਆਵੇ। ਜਿੰਨਾ ਸਮਾਂ ਬੰਦਗੀ ਦੇ ਬਹਿਣਾ, ਆਪਣੇ ਮੁਰਸ਼ਦ ਨੂੰ ਯਾਦ ਕਰਨਾ, ਆਪਣੇ ਪੀਰ ਨੂੰ ਯਾਦ ਕਰਨਾ, ਆਪਣੇ ਗੁਰੂ ਨੂੰ ਯਾਦ ਕਰਨਾ, ਅਤੇ ਹੋਰ ਕੋਈ ਖਿਆਲ ਦੁਨਿਆਵੀ ਜਿਹੜਾ ਉਹ ਆਪਣੇ ਦਿਲ ਦੇ ਵਿੱਚ ਨਾ ਆਵੇ, ਕਿਉਂਕਿ ਸ਼ੈਤਾਨ ਦਾ ਪੂਰਾ ਜ਼ੋਰ ਹੁੰਦਾ ਕਿ ਜਿਹੜਾ ਇਨਸਾਨ ਰੱਬ ਦੇ ਜ਼ਿਕਰ ਲਈ ਬੈਠਾ ਜਾਂ ਰੱਬ ਦੇ ਪਾਠ ਲਈ ਬੈਠਾ, ਮੈਂ ਉਹਨੂੰ ਭਟਕਾ ਦੇਵਾਂ ਅਤੇ ਉਹਨੂੰ ਅੱਗੇ ਪਿੱਛੇ ਕਰ ਦੇਵਾਂ, ਤਾਂ ਜੋ ਇਹ ਬੰਦਾ ਰੱਬ ਵੱਲ ਨਾ ਜਾ ਸਕੇ, ਇਹ ਦੁਨੀਆਦਾਰੀ ਵਿੱਚ ਫਸਿਆ ਰਹੇ। ਤੋ ਦੁਨੀਆਦਾਰੀ ਦੇ ਖਿਆਲ ਦਿਮਾਗ ਦੇ ਵਿੱਚ ਪਾਈ ਜਾਣੇ, ਕੋਈ ਇੱਧਰਲੀ ਗੱਲ, ਕੋਈ ਉੱਧਰਲੀ ਗੱਲ, ਇਸ ਕਰਕੇ ਜਦੋਂ ਵੀ ਕੋਈ ਇੱਦਾਂ ਦਾ ਖਿਆਲ ਦੁਨੀਆਦਾਰੀ ਦਾ ਦਿਮਾਗ ਦੇ ਵਿੱਚ ਆਵੇ, ਉਸੇ ਵਕਤ ਆਪਣੇ ਵਜ਼ੀਫੇ ਨੂੰ ਹੋਰ ਸਟਰੋਂਗ ਕਰ ਦੇਣਾ, ਹੋਰ ਮੰਨ ਲਓ ਪਕੜ ਵਿੱਚ ਲਿਆਉਣਾ ਕਿ ਧਿਆਨ ਸਾਰਾ ਆਪਣਾ ਵਜ਼ੀਫੇ ਵਿੱਚ ਰਹੇ। ਇਹ ਜਿਹੜਾ ਦੁਨੀਆਦਾਰੀ ਦਾ ਖਿਆਲ ਹੈ, ਇਹਦੇ ਉੱਤੇ ਆਪਣੀ ਸੋਚ ਇੱਧਰ ਨੂੰ ਨਾ ਜਾਵੇ, ਇੱਧਰ ਨੂੰ ਨਾ ਭੱਜੇ। ਤੋ ਦੂਜੇ ਨੰਬਰ 'ਤੇ ਗੱਲ ਕੀ ਹੁੰਦਾ ਕਿ ਤਨਹਾਈ ਵਿੱਚ ਆਪਣੀ ਸੋਚ ਨੂੰ, ਪਾਠ ਕਰਦੇ ਸਮੇਂ ਆਪਣੇ ਦਿਲ ਨੂੰ ਸਾਂਭ ਕੇ ਰੱਖਣਾ, ਤਨਹਾਈ ਵਿੱਚ ਆਪਣੀ ਸੋਚ। ਤਨਹਾਈ ਹੁੰਦੀ ਹੈ ਕਿ ਜਦੋਂ ਬੰਦਾ ਇਕੱਲਾ ਹੁੰਦਾ, ਇਕਾਂਤ ਦੇ ਵਿੱਚ ਕਿਤੇ ਹੋਵੇ, ਆਪਾਂ ਘਰ ਵਿੱਚ ਇਕੱਲੇ ਹਾਂ ਜਾਂ ਆਪਾਂ ਕਿਸੇ ਹੋਰ ਥਾਂ 'ਤੇ ਇਕੱਲੇ ਹਾਂ, ਅਤੇ ਉਸ ਵਕਤ ਆਪਣੀ ਸੋਚ ਨੂੰ ਜਿਹੜਾ ਪਕੜ ਕੇ ਰੱਖਣਾ ਪੈਂਦਾ, ਕਿਉਂਕਿ ਅਕਸਰ ਜਦੋਂ ਇਨਸਾਨ ਤਨਹਾਈ ਦੇ ਵਿੱਚ ਹੁੰਦਾ, ਇਕੱਲਾ ਹੁੰਦਾ, ਅਤੇ ਕੁਝ ਗੁਨਾਹ ਕਰ ਲੈਂਦਾ ਸੋਚ ਦੇ ਨਾਲ, ਕਿਸੇ ਦੇ ਬਾਰੇ ਬੁਰਾ ਸੋਚਣਾ, ਕਿਸੇ ਦੇ ਬਾਰੇ ਗਲਤ ਸੋਚਣਾ, ਤੋ ਆਪਣੇ ਖਿਆਲਾਂ ਦੇ ਵਿੱਚ ਕੋਈ ਕਿਸੇ ਬਾਰੇ ਗਲਤ ਖਿਆਲ ਲੈ ਕੇ ਆਉਣੇ ਆਪਣੀ ਸੋਚ ਦੇ ਨਾਲ, ਤੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਫਿਰ ਸਾਡੇ ਜ਼ਿਕਰ ਨੂੰ, ਸਾਡੇ ਬਾਤਨ ਨੂੰ ਖਰਾਬ ਕਰਦੀਆਂ ਨੇ। ਤੋ ਇਹਨਾਂ ਚੀਜ਼ਾਂ ਨੂੰ ਬਚਾ ਕੇ ਰੱਖਣਾ, ਆਪਣੀ ਸੋਚ ਨੂੰ ਪਹਿਰਾ ਜਿਹੜਾ ਦੇਣਾ ਕਿ ਸਾਡੀ ਜਿਹੜੀ ਸੋਚ ਹੈ ਉਹ ਗਲਤ ਖਿਆਲ ਪੈਦਾ ਨਾ ਕਰੇ। ਮਹਿਫਲ ਦੇ ਵਿੱਚ ਜ਼ੁਬਾਨ ਨੂੰ, ਅਕਸਰ ਜਦੋਂ ਕੁਝ ਲੋਕਾਂ ਦੀ ਮਹਿਫਲ ਹੁੰਦੀ ਹੈ, ਉਹਦੇ ਵਿੱਚ ਆਪਣੀ ਜ਼ੁਬਾਨ ਜਿਹੜੀ ਉਹ ਸਾਂਭ ਕੇ ਰੱਖਣੀ ਕਿ ਕਿਸੇ ਦੇ ਖਿਲਾਫ਼ ਕੁਝ ਮਾੜਾ ਕਹਿ ਹੋ ਗਿਆ ਤਾਂ ਵੀ ਲੋਕ ਤੁਹਾਡਾ ਉਸੇ ਵਿਰੋਧ ਕਰਨਗੇ, ਅਤੇ ਕਿਸੇ ਦੇ ਬਾਰੇ ਕੁਝ ਗਲਤ ਕਹਿ ਹੋ ਗਿਆ, ਕੋਈ ਸਾਖੀ ਸੁਣਾ ਰਹੇ ਹਾਂ ਆਪਾਂ ਜਾਂ ਕੁਝ ਹੋਰ ਗੱਲਾਂ ਕਰ ਰਹੇ ਹਾਂ, ਜਿਹੜੀ ਸਮਝ ਹੈ ਜਿੱਥੇ ਪੂਰੀ ਪਕੜ ਹੈ ਉਹੀ ਗੱਲ ਕਰਨੀ, ਬੇਤੁਕੀ ਗੱਲ ਮਹਿਫਲ ਦੇ ਵਿੱਚ ਕਦੀ ਨਹੀਂ ਕਰਨੀ, ਅਤੇ ਜਵਾਨ ਨੂੰ ਪੂਰਾ ਸਾਂਭ ਕੇ ਰੱਖਣਾ ਕਿ ਕਿਸੇ ਦੀ ਸ਼ਾਨ ਦੇ ਖਿਲਾਫ਼ ਕਿਸੇ ਦੇ ਬਾਰੇ ਗਲਤ ਨਾ ਬੋਲਿਆ ਜਾਵੇ, ਗਲਤ ਨਾ ਕਿਹਾ ਜਾਵੇ, ਤਾਂ ਜੋ ਲੋਕ ਭਟਕਣ ਨਾ ਤੁਹਾਨੂੰ,
ਸਬਰ ਦੇ ਨਾਲ ਸੁਣਨ, ਤੁਹਾਡੀ ਗੱਲ ਨੂੰ ਸਮਝਣ, ਅਤੇ ਉੱਥੋਂ ਤੁਹਾਨੂੰ ਉੱਠ ਕੇ ਨਾ ਆਉਣਾ ਪੈ ਜਾਵੇ। ਅਤੇ ਆ ਵੈਸੇ ਇੱਕ ਹੋਰ ਸੌਖਾ ਤਰੀਕਾ ਕਿ ਜਦੋਂ ਕਿਤੇ ਮਹਿਫਲ 'ਚ ਜਾ, ਚੁੱਪ ਰਹੋ, ਜ਼ੁਬਾਨ ਨੂੰ ਸੰਭਾਲ ਕੇ ਰੱਖੋ, ਚੁੱਪ ਰਹੋ, ਜੋ ਉੱਥੇ ਗੱਲ ਹੋ ਰਹੀ ਉਹ ਸੁਣੋ, ਉਹਦੇ ਵਿੱਚ ਉਹਨੂੰ ਚੋੜ ਕੱਢੋ, ਨਾ ਕਿ ਆਪਣੀ ਕੋਈ ਚੀਜ਼ ਬੋਲੀ ਜਾਵੇ। ਅਤੇ ਰਸਤੇ ਵਿੱਚ ਜਾਂਦੇ ਆਪਣੀ ਨਿਗਾਹ ਨੂੰ ਸਾਂਭ ਕੇ ਰੱਖਣਾ। ਅਕਸਰ ਆਪਾਂ ਦੇਖਦੇ ਹਾਂ ਕਿ ਜਦੋਂ ਰਸਤੇ ਵਿੱਚ ਕਿਤੇ ਜਾਈਏ ਤਾਂ ਸਾਡੀ ਜਿਹੜੀ ਨਿਗਾਹ ਹੈ ਉਹ ਬਹੁਤ ਘੁੰਮਦੀ ਹੈ, ਅਤੇ ਇਹਨੂੰ ਨਾਪਾਕ ਹੋਣ ਤੋਂ ਬਚਾ ਲੈਣਾ, ਇੱਥੇ ਪਕੜ ਕਰਨੀ, ਇਹਨੂੰ ਸਾਂਭ ਕੇ ਰੱਖਣਾ ਕਿ ਹੋਰ ਉਹ ਅੱਲੇ ਪਾਲੇ ਕਿਸੇ ਪਾਸੇ ਨਾ ਜਾਵੇ, ਆਪਣੇ ਖਿਆਲਾਤ ਦੇ ਵਿੱਚ ਰਹਿ ਕੇ ਆਪਣੇ ਆਪ ਜਿੱਥੇ ਜਾ ਰਹੇ ਉੱਥੇ ਰਹਿਣਾ, ਇਸ ਨਿਗਾਹ ਨੂੰ ਸਾਂਭ ਕੇ ਰੱਖਣਾ। ਚਾਰ ਚੀਜ਼ਾਂ ਜਿਹੜੀ ਹੈ, ਪਾਠ ਕਰਦੇ ਸਮੇਂ ਦਿਲ ਨੂੰ, ਤਨਹਾਈ ਵਿੱਚ ਸੋਚ ਨੂੰ, ਮਹਿਫਲ ਵਿੱਚ ਜ਼ੁਬਾਨ ਨੂੰ, ਅਤੇ ਰਸਤੇ ਵਿੱਚ ਨਿਗਾਹ ਨੂੰ। ਅਗਰ ਅਸੀਂ ਸਾਂਭ ਕੇ ਰੱਖਾਂਗੇ ਤਾਂ ਸਾਡੇ ਜਿਹੜੇ ਮਸਲੇ ਹੱਲ ਹੋਣ ਲੱਗ ਪੈਣੇ, ਸਾਡਾ ਕੀਤਾ ਜ਼ਿਕਰ ਬੰਦਗੀ ਵਜ਼ੀਫਾ ਕਬੂਲ ਹੋਣ ਲੱਗ ਪੈਣਾ। ਸਵਾਸ ਕਰਦਾ ਕਿ ਆਪ ਜੀ ਨੂੰ ਅੱਜ ਦੇ ਇਸ ਪੈਗਾਮ ਵਿੱਚ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਅੱਜ ਲਈ ਇੰਨਾ ਹੀ, ਜਲਦ ਹਾਜ਼ਰ ਹੋਵਾਂਗਾ ਨਵੀਂ ਵੀਡੀਓ ਨਾਲ। ਤਦ ਤੱਕ ਲਈ ਹੱਕ ਮੁਰਸ਼ਦ, ਸੱਚ ਮੁਰਸ਼ਦ।